पतंग लेने इन्ने पे अपने घर पतंग यार बड़े घर इन्ने पे हम पतंग तेरे को चला जा हम चल मेरे वालों तुहानू सारयां नूं प्यार भरी सत श्री अकाल। साढ़े लागले पिंड हुंदी सभा तो हर साल हुंदी है तो बड़ा चाव हुंदा इस सभा का जिते सारे पुराने यार बेली मित्र मित्रनी है सारे इकट्ठे हुंदे आ ते प्यार आ भी सारे चलिए फिर तो अज साडी वड्डी भाभी भी साढ़े नाल चली सब तो वड्डी भाभी भी साढ़े नाल चली है चलो जी चलो पहला भौल मत्था टेकना जी ਕਰਨਵੀਰ ਉਧਰ ਉਹਨਾਂ ਨਾਲ ਆਊਗਾ ਫਿਰ ਹੈ ਨਾ ਕਰਨਵੀਰ ਹਾਂਜੀ ਠਹਿਰ ਕੇ ਆਉਣਾ ਮੈਂ ਕਲਾਸ ਲੱਗਣੀ ਅਜੇ ਕਲਾਸ ਲੱਗਣੀ ਕਰਨਵੀਰ ਦੀ ਭਾਈ ਕਲਾਸ ਲੱਗਣੀ ਨਹੀਂ ਸੀ ਨਾਲ ਲੈ ਕੇ ਜਾਣਾ ਤਾਂ 10 1 ਵਜੇ ਦਾ ਕਲਾਸ 1 ਵਜੇ ਆਊਗਾ ਉਹ ਪਲੇ ਸੋਨਹਾ ਸਾਸਰੀਆ ਗਾਨ ਗੱਡੀ ਅਸੀਂ ਪਿੱਛੇ ਖੜਾਤੀ ਆ ਵਿਸਰੇ ਨਾ ਬਣੇ ਨਾਨੂ ਲਓ ਭਾਈ ਚਾਹ ਸਿਖਾਓ ਭਾਈ ਕਿਆ ਹਾਲ ਹੈ ਵੀਰੇ ਐ ਚੜ੍ਹਦੀ ਕਲਾ ਭਾਈ ਚੜ੍ਹਦੀ ਕਲਾ ਡੀਂਗੀ ਹੋ ਗਈ ਸੀ ਬੀਂਗੀ ਤਿੰਨ ਕੁ ਪਕੌੜੇ ਗਿਣ ਕੇ ਹੀ ਰੱਖਦੇ ਬੰਦੇ ਮਹਿਕ ਵੀ ਸੇਵਾ ਕਰਨ ਲੱਗ ਗਿਆ ਆ ਕੇ ਥੋੜ੍ਹੀ ਜਿਹੀ ਇਹਦੇ ਵਿੱਚ ਪਾ ਦੇ ਥੋੜ੍ਹੀ ਜਿਹੀ ਅੱਧੀ ਖਰਚੀ ਥੋੜ੍ਹੀ ਅੱਧੀ ਪਾ ਦੇ ਇਹਦੇ ਵੀ ਅੱਧੀ ਬਸ 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 ਅਜੇ ਬਾਲਟੀ ਦਾ ਛੱਡੀ ਸਾਰਾ ਦਿਨ ਜਿਹੜੀ ਇੱਥੇ ਸਾਡੀ ਸਭਾ ਦੇ ਵਿੱਚ ਸਭ ਤੋਂ ਇਹ ਚੀਜ਼ ਉਹ ਹੈ ਬੂੰਦੀ सारे कपड़े गिले हो गए भाई मेला देखता फिर भाई दे घर देखो गे राजू खड़ा सारे मतलब छुट्टी कर ले मेले बाद सारे मतलब छुट्टी कर लेंगे भाई सब तो बड़ा दान खून दान जान महाल खूने बहुत ने मेरा बहुत खून पीता है अच घटा लिया उधर ढा लिया दूसरी साइड सम्मान हो गया जी इन्हों का सर्टिफिकेट दिता गया धन्यवाद है जी सारे रूढ़ी है मैं सलाब ले गया जो मैनू नहीं दिता इन्होंने ਸੇਵਾ ਕਰਦੀ ਯਾਰ ਅਸੀਂ ਆ ਕੇ
ਬੰਤ ਸਿੰਘ ਬੰਤ ਬਾਈ ਦਾ ਵੀ ਸਰਟੀਫਿਕੇਟ ਮਿਲ ਗਿਆ ਭਾਈ, ਬਣਦਾ ਸਤਿਕਾਰ ਜਿਹੜਾ ਬਲੱਡ ਡੋਨੇਟ ਕਰੇ। ਹਲੋ ਭਾਈ ਜਿਹੜਾ ਤੂੰ ਹਿੱਲ ਨਹੀਂ ਰਿਹਾ, ਮੈਨੂੰ ਲੱਗਦਾ ਦੋ ਬੋਤਲਾਂ ਹੁਣ ਤੈਨੂੰ ਚੜਾਉਣੀਆਂ ਪੈਣੇ। ਸਲਾਹ ਤਾਂ ਬਣਾਇਆ ਜਿਹੜਾ ਉੱਠਦਾ ਹੀ ਨਹੀਂ। ਜ਼ਿੰਦਗੀ ਚ ਪਹਿਲੀ ਵਾਰ ਖੂਨ ਕਢਾਉਣ ਲੱਗਿਆ, ਅਸੀਂ ਬਹੁਤ ਔਖਾ ਬਣਾਇਆ, ਬਹੁਤ ਔਖਾ ਬਣਾਇਆ, ਬਹੁਤ ਔਖਾ ਬਣਾਇਆ ਪਹਿਲੀ ਵਾਰ। ਕਿਆ ਹਾਲ ਹੈ ਬੰਦਾ, ਠੀਕ ਹੈ? ਹਾਂ ਲਓ ਜੀ, ਮੇਰੀ ਟੈਨਸ਼ਨ ਕੋਈ ਨਹੀਂ, ਮੈਂ ਕਢਾਉਂਦਾ ਗੱਡੀ। ਮੈਂ ਬੈਠ ਬੈਠ, ਮੈਂ ਕਿਹਾ ਪਿੱਛੇ ਬੈਠ, ਛੇਤੀ ਗੱਡੀ ਕਢਾ ਦਿੰਦਾ, ਬਹੁਤ ਟ੍ਰੈਫਿਕ ਜਾਮ ਹੋ ਗਈ ਇੱਧਰ ਨੂੰ। ਚੱਲ 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 ਚੱਲਿਆ ਉਹਨੂੰ ਕਰ ਨੂੰ ਇਹ, ਮੈਂ ਕਿਹਾ ਆਜੂਗਾ ਦੁਬਾਰੇ ਫਿਰ ਇੱਥੇ, ਅਤੇ ਚੱਲੀਏ ਹੁਣ ਉੱਧਰ ਨੂੰ। ਦੇਖੋ ਤੁਸੀਂ ਕਿਸ ਤਰ੍ਹਾਂ ਫਸੀਆਂ ਖੜੀਆਂ ਗੱਡੀ ਇੱਧਰ ਨੂੰ ਵੀ। ਹਾਂ ਲਓ ਜੀ ਲੰਗਰ ਛੱਕ ਲਈਏ, ਕੈਬਰੇ ਤੇਰੇ ਚੌਲ ਤਾਂ ਪਾ ਲਏ ਵੀਰੇ, ਅਸੀਂ ਹੋਰ ਨਹੀਂ ਪਾਉਣੇ। ਉਹ ਨਹੀਂ ਬਸ ਬਸ, ਉਹ ਤਾਂ ਨਿਆਣਾ ਖੜਾ, ਇੱਕ ਨਿਆਣਾ ਉਹ ਚੱਲਿਆ। ਕਾਕਾ ਬਈ ਕਿਆ ਹਾਲ ਹੈ ਕਾਕੇ, ਮੇਲਾ ਦੇਖਦਾ ਫਿਰਦਾ। ਮੇਲਾ ਕਿਆ ਹਾਲ ਹੈ ਵੀਰੇ, ਸਤਿ ਸ਼੍ਰੀ ਅਕਾਲ ਜੀ। ਸਾਡੇ ਪਿੰਡ ਦਾ ਬੰਦਾ ਘਰਾਂ ਬਹਿ ਜੇ ਘਰ ਹੋਣਾ ਪੈਸੇ ਕਮਾਉਣ ਲੱਗੇ ਆ ਪਹਿਲਾਂ, ਠੀਕ ਆ, ਤੇ ਦੇਖ ਲਓ ਅਸੀਂ ਕਿੰਨੇ ਪੈਸੇ ਕਮਾਉਂਦੇ ਆ। ਹੈਂ ਖੜਦਾ ਖੜਦਾ ਹਲੇ ਫੇਰ ਲੱਗ ਗਿਆ। ਚੱਲ ਜਾ ਮੈਂ ਦੇ ਦਿੰਦਾ। ਰਹਿਣ ਦਾ ਕਹਿਣ ਸੱਟ ਵੱਜਣੀ ਤੇਰੇ, ਇੱਕ ਵੀ ਜੰਪਿੰਗ ਵਾਲਾ ਤਾਂ ਪਸੰਦ ਨਹੀਂ ਆ ਰਿਹਾ ਹੈਗਾ, ਕਿਹੜੇ ਜੇ ਪੜੂਗਾ। ਹਾਂ ਵੈਸੇ ਪਸੰਦ ਆ ਜਾਵੇ ਇਹ
ठीक है बस ठीक है चल शुक्र है पसंद आ गया चल 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 ਬਾਕੀ ਚੀਜ਼ਾਂ ਦੀ ਚੀਜ਼ਾਂ ਕਰਨ ਦੀ ਜੁੱਤੀ ਦੇਖੀ ਤੁਸੀਂ ਜੁੱਤੀ ਦੇਖੀ ਮੁੰਡੇ ਦੀ ਜਿਹੜੀ ਸਾਡੇ ਮੋਡਲ ਆਏ ਦੀ ਐਂ ਮੋਡ ਕੇ ਰੱਖੀ ਦਿੰਦੀ ਹੈ ਪਤੰਗ ਲੈਣੇ ਇੰਨੇ ਦਾ ਪਏ ਆਪਣੇ ਕੋਲ ਘਰਾਂ ਪਤੰਗ ਯਾਰ ਕਿਹੜੇ ਬੜੇ ਘਰਾਂ ਇੰਨੇ ਦਾ ਪਏ ਹੁਣ ਪਤੰਗ ਤੇਰੇ ਕੋਲ ਚੱਲ ਆ ਜਾ ਹੁਣ ਅੱਗੇ ਚੱਲ ਇੰਨੀਆਂ ਚੀਜ਼ਾਂ ਦਵਾਤੀਆਂ ਹਾਲੇ ਤਾਂ ਵੀ ਰੋਈ ਜਾਂਦਾ ਹੁਣ ਕਿਆ ਲੈਣਾ ਤਾਂ ਦੱਸਦੇ ਮੈਨੂੰ ਹੁਣ ਆ ਭਾਂਡੇ ਲੈ ਲੈ ਪੁੱਤੇ ਜਿਹੜੇ ਕੰਮ ਵੀ ਆਜੂ ਕਰਨ ਲੈ ਪਾਣੀ ਪੀ ਹੋ ਚੀਜ਼ਾਂ ਉਹ ਲੈ ਜਿਹੜੇ ਤੇਰੇ ਕੰਮ ਆਉਣਗੀਆਂ ਆ ਰੁਮਾਲ ਲੈ ਲੈ ਪੁੱਤ ਸੀਟ ਸਾਫ਼ ਕਰ ਲਈ ਹੈ ਨਾਰਾਜ਼ ਹੋਇਆ ਪਿਆ ਹੁਣ ਪੂਰਾ ਆਹ ਕੜਛੀ ਲੈ ਤਾਂ ਦਿੱਤੀ ਤੈਨੂੰ ਹੋ ਉਹ ਕਰਨ ਆ ਫੜ ਕੜਛੀ ਲੈ ਦਿੱਤੀ ਤੈਨੂੰ ਫੜ ਲੈ ਹੋ ਲੈ ਫੜ ਲੈ ਫੜ ਕੜਛੀ ਲੈ ਦਿੱਤੀ ਕਿਆ ਲੈਣਾ ਦੱਸ ਛੇਤੀ ਦੱਸ ਉਹ ਲੈ ਲੈ ਜੋ ਜੋ ਚੀਜ਼ ਲੈਣੀ ਦੱਸ ਛੇਤੀ ਦੱਸ ਕਿਆ ਲੈਣਾ ਹੁਣ ਚੱਲ ਲੈ ਫਿਰ ਸ਼ੁਕਰ ਮੰਨ ਗਿਆ ਥੋੜੇ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਹੁਣ ਇਹਨੂੰ ਚੰਡੋਲ ਪਰ ਝੂਟੇ ਕਿਹੜੇ ਚੱਲ ਫਿਰ ਪੱਚ ਗਏ ਆ ਮੈਨੂੰ ਫੜਾ ਦੇ ਬਿੱਲੀ ਨਹੀਂ ਬੋਲਦਾ ਬਿੱਲਾ ਆਇਆ ਆ ਲੈ ਪੁੱਠੀ ਕਰਸੀ ਲੈਂਦੀ ਅੱਛਾ ਇਹ ਆਲੂ ਬਣਨ ਹਾਂ